ਬਹੁਤ ਹੀ ਮਾਨ ਤੇ ਸਤਿਕਾਰ ਦੇਯੋ ਸਟੇਜ ਤੇ ਬੈਠੇ ਹੋਏ ਪਤੰਤੇ ਸੱਜਣ ਅਤੇ ਪੰਡਾਲ ਦੇ ਵਿੱਚ ਸਤਕਾਰਯੋਗ ਬੀਬੀਆਂ ਬੱਚੀਆਂ ਅਤੇ ਨੌਜਵਾਨ ਇਸ ਸਮੂਹ ਕਿਸਾਨ ਵੀਰੋ ਸਭ ਤੋਂ ਪਹਿਲਾਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਦਾ ਜਵਾਬ ਨਹੀਂ ਆਤਾ ਕੀ ਕਾਰਨ ਕੀ ਅਸੀਂ ਥੱਕ ਗਏ ਫਤੇ ਬੁਲਾਉਂਦਿਆਂ ਬੁਲਾਉਂਦਿਆਂ ਤਾਂ ਕਰਕੇ ਸੋ ਮੈਂ ਫਤੇ ਦੁਬਾਰਾ ਬੁਲਾਉਣੀ ਆ ਤੇ ਫਤੇ ਦਾ ਜਵਾਬ ਫਤੇ ਜੀ ਦਿਆ ਕਰੋ ਫਤੇ ਇਹੋਸ ਗੁਰੂ ਦੀ ਬਖਸ਼ਿਸ਼ ਹੈ ਇੱਕ ਜਿੱਤ ਦਾ ਜਿਹੜਾ ਇਹ ਫਤੇ ਦਾ ਜਾਕਾਰਾ ਜਿਹੜਾ ਫਤੇ ਦਾ ਇੱਕ ਬਹੁਤ ਵੱਡਾ ਇਹਦਾ ਅਰਥ ਹੈ ਫਤੇ ਦੇ ਸੋ ਫਤੇ ਬੁਲਾਉਣ ਲੱਗੇ ਗੁਰੇਜ ਨਾ ਕਰਿਆ ਕਰੋ ਬਲਾਉ ਗੱਜ ਵਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਮੈਂ ਇੱਕ ਦੋ ਬੇਨਤੀਆਂ ਕਰ ਰਿਹਾ ਇੱਕ ਤਾਂ ਸਭ ਤੋਂ ਪਹਿਲਾਂ ਮੈਂ ਨੌਜਵਾਨਾਂ ਨੂੰ ਇੱਕ ਅਪੀਲ ਕਰਨੀ ਚਾਹੁੰਨਾ ਨੌਜਵਾਨੋ ਆਉਣ ਵਾਲਾ ਭਵਿੱਖ ਸਾਡਾ ਜੋ ਆਉਣ ਵਾਲਾ ਭਵਿੱਖ ਹੈ ਉਹ ਤੁਹਾਡੇ ਮੋਢਿਆਂ ਤੇ ਪਾਰ ਹੈ ਆਉਣਾ ਔਰ ਤੁਸੀਂ ਇਹਨੂੰ ਸੰਭਾਲਣਾ ਹੈ ਇਸ ਸੰਘਰਸ਼ ਦੇ ਵਿੱਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਜੋ ਨੌਜਵਾਨਾਂ ਦਾ ਯੋਗਦਾਨ ਹੈ ਉਹਨੂੰ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਜਿਸ ਦਿਨ 26 ਨਵੰਬਰ ਨੂੰ ਪੰਜਾਬ ਤੋਂ ਬਾਰਡਰ ਕਰਾਸ ਕਰਕੇ ਦਿੱਲੀ ਵੱਲ ਨੂੰ ਆਏ ਤਾਂ ਉਸ ਟਾਈਮ ਤੇ ਨੌਜਵਾਨਾਂ ਦਾ ਬਹੁਤ ਵੱਡਾ ਯੋਗਦਾਨ ਉਦੋਂ ਤੋਂ ਲੈ ਕੇ ਹੁਣ ਤੱਕ ਬਹੁਤ ਤੁਸੀਂ ਹੁਣ ਤੱਕ ਹਿੱਸਾ ਪਾਇਆ ਰਾਤ ਨੂੰ ਤੁਸੀਂ ਪਹਿਰੇ ਦਿੱਤੇ ਹੁਣ ਵੀ ਦੇ ਰਹੇ ਹੋ ਲੇਕਿਨ ਚੱਲਦੇ ਆ ਚੱਲਦੇ ਆ ਇਹ ਸੰਘਰਸ਼ ਇਸ ਦੇ ਵਿੱਚ ਉਤਰਾ ਚੜ੍ਹਾ ਕਈ ਕਿਸਮ ਦੇ ਆਏ ਇਸ ਏਡੇ ਵੱਡੇ ਸੰਘਰਸ਼ ਦੇ ਵਿੱਚ ਜਿੱਥੇ ਲੱਖਾਂ ਲੋਕ ਇਹਨਾਂ ਗਿਣਤੀ ਵਿੱਚ ਆਉਣ ਤੇ ਪ੍ਰਬੰਧਾਂ ਦੇ ਵਿੱਚ ਜਾਂ ਪ੍ਰਬੰਧ ਕਰਨ ਦੇ ਵਿੱਚ ਜਾਂ ਪ੍ਰਬੰਧਕਾਂ ਵੱਲੋਂ ਜਾਂ ਜ਼ਿੰਮੇਵਾਰਾਂ ਵੱਲੋਂ ਕਈ ਤਰ੍ਹਾਂ ਦੀਆਂ ਔਣਤਾਈਆਂ ਰਹਿ ਜਾਂਦੀਆਂ। ਕਈ ਵਾਰ ਅਸੀਂ ਜਾਣੇ ਅਣਜਾਣੇ ਵਿੱਚ ਕੁਝ ਭੁੱਲ ਵੀ ਜਾਂਦੇ ਆ। ਪਰ ਸਾਡਾ ਜਿਹੜਾ ਨਿਸ਼ਾਨਾ ਹੈ ਉਹ ਇੱਕ ਹੋਣਾ ਚਾਹੀਦਾ ਹੈ। ਉੱਤੇ ਸਾਨੂੰ ਕੇਂਦਰਤ ਰਹਿਣਾ ਚਾਹੀਦਾ ਹੈ। ਸਾਡੇ ਆਪਸ ਵਿੱਚ ਭਾਵੇਂ ਜਿੰਨੇ ਮਰਜੀ ਆ ਵਿਚਾਰਾਂ ਦਾ ਦਾਨ ਪ੍ਰਦਾਨ ਅਲੱਗ ਅਲੱਗ ਹੋਵੇ ਵੱਖਰੇਵੇਂ ਹੋਣ ਗੁੱਸੇ ਗਿੱਲੇ ਹੋਣ ਪਰ ਸਾਡੀ ਜਿਹੜੀ ਲੜਾਈ ਹੈ ਉਹ ਖੇਤੀ ਵਿਰੋਧੀ ਕਾਨੂੰਨ ਜਿਹੜੇ ਬਣੇ ਨੇ ਉਹਨਾਂ ਨੂੰ ਰੱਦ ਕਰਾਉਣ ਲਈ ਤੇ ਐਮਐਸਪੀ ਪੂਰੇ ਭਾਰਤ 'ਚ ਲਾਗੂ ਕਰਾਉਣ ਲਈ ਉਹ ਸਾਡੇ ਸਾਹਮਣੇ ਨਿਸ਼ਾਨਾ ਹੈ ਉਹਨੂੰ ਅਸੀਂ ਕਾਮਯਾਬ ਕਰਨਾ ਹੈ। ਔਰ ਜਿਹੜੇ ਸਾਡੇ ਇੱਕ ਦੂਸਰੇ ਤੇ ਗਿਲੇ ਸ਼ਿਕਵੇ ਨੇ ਉਹ ਅਸੀਂ ਜਦੋਂ ਪੰਜਾਬ ਜਾਵਾਂਗੇ ਉਦੋਂ ਬੈਠ ਕੇ ਜਾਂ ਹਰਿਆਣੇ ਵਾਲੇ ਹਰਿਆਣੇ ਚ ਯੂਪੀ ਵਾਲੇ ਯੂਪੀ ਚ ਜਦੋਂ ਅਸੀਂ ਆਪੋ ਆਪਣੇ ਸੂਬਿਆਂ ਚ ਜਾਵਾਂਗੇ ਆਪੋ ਆਪਣੇ ਇਲਾਕਿਆਂ ਚ ਜਾਵਾਂਗੇ ਉੱਥੇ ਬੈਠ ਕੇ ਅਸੀਂ ਦੂਰ ਕਰ ਸਕਦੇ ਆ। ਪਰ ਮੇਰੀ ਬੇਨਤੀ ਹੈ ਕਿ ਅੱਜ ਸਾਨੂੰ जिस जड़ा बोल एक दूसरे के खिलाफ कर रहे हैं वो बोल नहीं बोलने चाहिए क्योंकि दुश्मन बहुत चात्र है बहुत चलाक है बहुत छात्र है बहुत सरमाएदार है बहुत गिणती च है बहुत ताकतवर है उन्हें बहुत सारिया साजिशा रचिया पर उस अकाल पुरख की कृपा नज तक वो को साजिश कोई कामयाब ਨਹੀਂ ਹੋਈ ਜਿਸ ਤਰ੍ਹਾਂ ਤੁਹਾਡੇ ਸਾਹਮਣੇ ਆ ਕਿ 2 ਦਸੰਬਰ ਤੋਂ ਜਦੋਂ ਇੱਥੋਂ ਇੱਥੋਂ ਹੀ ਬੰਦੇ ਫੜੇ ਗਏ ਨੌਜਵਾਨ ਲੜਕੇ ਫੜੇ ਲੜਕੀਆਂ ਫੜੀਆਂ ਉਹਨਾਂ ਦੇ ਕੀ ਮਨਸਾ ਸੀ ਉਹ ਤੁਹਾਡੇ ਸਾਹਮਣੇ ਆਂਦੇ ਐਫ ਆਈ ਆਰਾਂ ਦਰਜ ਕਰਾਈਆਂ ਸ਼ਰਾਰਤੀ ਅਨਸਰਾਂ ਦੇ ਪਰ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਦੂਸਰੇ ਪਾਸੇ ਸਾਡੇ ਨੌਜਵਾਨਾਂ ਨੂੰ ਫੜ ਕੇ ਜੇਲ੍ਹਾਂ ਚ ਬੰਦ ਕੀਤਾ ਜਾ ਰਿਹਾ ਹੈ ਸੈਂਕੜੇ ਫੜੇ ਗਏ ਨੇ ਕਿੰਨੀ ਕਿਸਮ ਦੇ ਕੇਸ ਪਾਏ ਗਏ ਨੇ ਸਾਨੂੰ ਐਨਆਈਏ ਦੇ ਨੋਟਿਸ ਭੇਜੇ ਗਏ ਨੇ ਸਾਡੇ ਖਿਲਾਫ ਯੂਪੀਏ ਦੇ ਤਹਿਤ ਪਰਚੇ ਦਰਜ ਕੀਤੇ ਗਏ ਨੇ ਔਰ ਕਈ ਲੜਕੀਆਂ ਜਿਹੜੀਆਂ ਕਿ ਪੜੀਆਂ ਲਿਖੀਆਂ ਇਹ ਸੰਘਰਸ਼ਾਂ ਆ ਜਿਸ ਤਰ੍ਹਾਂ ਕਿ ਨਾਉੜਾ ਤੋਂ ਹੋਰ ਵੀ ਕਈ ਥਾਵਾਂ ਤੋਂ ਉਹਨਾਂ ਨੂੰ ਨੋਟਿਸ ਭੇਡੇ ਜਾ ਰਹੇ ਨੇ ਕਿ ਉਹਨਾਂ ਦੀਆਂ ਗੱਡੀਆਂ ਨੇ ਹਿੱਸਾ ਲਿਆ ਇਹ ਸਿਰਫ ਇਹ ਕਰਕੇ ਆ ਕਿ ਜਿਹੜੇ ਲੋਕ ਇਹ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਸਹਿਯੋਗ ਦੇ ਰਹੇ ਨੇ ਉਹਨਾਂ ਨੂੰ ਡਰਾ ਤੇ ਧਮਕਾਇਆ ਜਾਵੇ ਪਰ ਕੁਝ ਗੱਲਾਂ ਹੋਰ ਵੀ ਨੇ ਬਹੁਤ ਗਿਲੇ ਛਕਵੇ ਵੀ ਨੇ ਹੋ ਤੁਹਾਡੇ ਗਿਲੇ ਛਕਵੇ ਸੱਚੇ ਹੋ ਸਕਦੇ ਨੇ ਪਰ ਇੱਕੋ ਬੇਨਤੀ ਹੈ ਕਿ ਇਹ ਗਿਲੇ ਛਕਵੇ ਅਸੀਂ ਦੂਰ ਕਰਨੇ ਨੇ ਪਰ ਕਰਾਂਗੇ ਉਦੋਂ ਜਦੋਂ ਘਰਾਂ ਜਾਵਾਂਗੇ ਪਰ ਅੱਜ ਸਾਡੀ ਜਿਹੜੀ ਲੜਾਈ ਆ ਉਹ ਕੇਂਦਰ ਸਰਕਾਰ ਦੇ ਨਾਲ ਹੈ ਸਾਡੇ ਆਪਸੇ ਨਹੀਂ ਪਰ ਅਸੀਂ ਹੁਣ ਤੱਕ ਜੋ ਪ੍ਰਾਪਤ ਸਾਨੂੰ ਕਹਿੰਦੇ ਨੇ ਕਿ ਤੁਸੀਂ ਕੀ ਪ੍ਰਾਪਤ ਕੀਤਾ ਪ੍ਰਾਪਤੀ ਦੀ ਸੁਣ ਲੋ ਗੱਲ ਕਿ ਅਸੀਂ ਉਹ ਪ੍ਰਾਪਤ ਕੀਤਾ ਜਿਹੜਾ ਕਿ ਅੱਜ ਤੱਕ ਸਮੇ ਸਮੇਂ ਦੀਆਂ ਕੇਂਦਰੀ ਸਰਕਾਰਾਂ ਨੇ ਜੋ ਸਾਡੇ ਖਿਲਾਫ ਆਪਸੀ 파ੜੇ ਪਾਇਸਨ ਮੈਂ ਬੇਨਤੀ ਕਰਾਂ ਕਿ ਜਦੋਂ ਤੋਂ ਇਹ ਮੋਰਚਾ ਚੱਲਿਆ ਜੂਨ ਤੋਂ ਲੈ ਕੇ ਹੁਣ ਤੱਕ ਜੂਨ 2020 ਤੋਂ ਜਦੋਂ ਤੋਂ ਆਰਡੀਨੈਂਸ ਆਇਆ ਉਸ ਤੋਂ ਬਾਅਦ ਪੰਜਾਬ ਦੀਆਂ ਜੱਥੇਬੰਦੀਆਂ ਇਕੱਠੀਆਂ ਹੋਈਆਂ ਕਿਸਾਨ ਜੱਥੇਬੰਦੀਆਂ ਉਸ ਤੋਂ ਬਾਅਦ ਸੰਯੁਕਤ ਮੋਰਚਾ ਬਣਿਆ ਜੀਆਂ ਵਕੀਲਾਂ ਯਕੀਲ ਸਹਿਬਾਨਾਂ ਨਾਲ ਗੱਲਬਾਤ ਹੋਈ ਤੇ ਮੇਰਾ ਇੱਕੋ ਕਹਿਣਾ ਸੀ ਕਿ 1947 ਚ ਦੇਸ਼ ਦਾ ਵਟਵਾਰਾ ਹੋ ਗਿਆ ਉਸ ਵਟਵਾਰੇ ਤੋਂ ਬਾਅਦ ਦੋ ਅਲੱਗ-ਅਲੱਗ ਦੇਸ਼ ਬਣ ਗਏ ਭਾਰਤ ਦੇ ਵੱਖ-ਵੱਖ ਸੂਬਿਆਂ ਨੇ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਸਮੇਂ-ਸਮੇਂ ਐਜੀਟੇਸ਼ਨ ਕੀਤੇ ਇਸੇ ਤਰ੍ਹਾਂ ਪੰਜਾਬ ਨੇ ਵੀ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਸਮੇਂ-ਸਮੇਂ ਐਜੀਟੇਸ਼ਨ ਕੀਤੇ ਲੇਕਿਨ ਹਰ ਵਾਰ 1947 ਤੋਂ ਲੈ ਕੇ ਅੱਜ ਤੱਕ ਇਤਿਹਾਸ ਗਾਇ ਕਿ ਜਿੰਨੇ ਵੀ ਐਜੀਟੇਸ਼ਨ ਕੀਤੇ ਉਹਨਾਂ ਸਾਰੇ ਐਜੀਟੇਸ਼ਨਾਂ ਨੂੰ ਸਮੇਂ-ਸਮੇਂ ਦੀਆਂ ਕੇਂਦਰੀ ਸਰਕਾਰ ਤੇ ਕੇਂਦਰੀ ਏਜੰਸੀਆਂ ਨੇ ਫੇਲ ਕਰਨ ਵਾਸਤੇ ਹਿੰਸਕ ਰੂਪ ਦਿੱਤਾ ਮੇਰੀਆਂ ਸਾਰਿਆਂ ਨਾਲ ਗੱਲ ਹੋਈ ਔਰ ਦੁਸ਼ਾਂਤ ਦਵੇ ਜੀ ਜਿਹੜੇ ਕਿ ਸੁਪਰੀਮ ਕੋਰਟ ਬਾਰ ਕਾਉਂਸਲ ਦੇ ਚੇਅਰਮੈਨ ਨੇ ਉਹਨਾਂ ਦੇ ਘਰ ਬੈਠਿਆਂ ਗੱਲ ਹੋਈ ਐਚਐਸ ਫੂਲਕਾ ਸਾਹਿਬ ਚੰਡੂਨੀ ਸਾਹਿਬ ਨਾਲ ਸਨ ਤੇ ਉਹਨਾਂ ਨੂੰ ਮੈਂ ਇਹ ਗੱਲ ਜਦੋਂ ਕਹੀ ਕਿ ਸਾਡੇ ਨਾਲ ਆ ਹੁੰਦਾ ਰਿਹਾ ਐਸ ਵਾਰੀ ਵੀ ਆ ਕੁਝ ਹੋਣਾ ਹੈ ਤੇ ਕਿਰਪਾ ਕਰੋ ਸਾਡਾ ਸਾਥ ਦਿਓ ਬਚਾਓ ਸਾਡੇ ਨੂੰ ਕੇਂਦਰ ਤੋਂ ਬਚਾਓ ਕੇਂਦਰੀ ਏਜੰਸੀਆਂ ਤੋਂ ਕਿ ਕਿਤੇ ਐਸ ਵਾਰੀ ਵੀ ਹਿੰਸਕ ਰੂਪ ਨਾ ਦਿੱਤਾ ਜਾਵੇ ਔਰ ਉਹ ਕਈਆਂ ਹੋਈਆਂ ਗੱਲਾਂ ਉਹ ਸਾਰੀਆਂ ਅੱਜ ਸਾਫ਼ਤ ਹੋ ਰਹੀਆਂ ਨੇ ਮੇਰੀ ਇਹੋ ਬੇਨਤੀ ਹੈ ਕਿ ਕੇਂਦਰੀ ਸਮੇਂ-ਸਮੇਂ ਦੀਆਂ ਕੇਂਦਰ ਸਰਕਾਰਾਂ ਵੱਲੋਂ ਕੇਂਦਰੀਆਂ ਏਜੰਸੀਆਂ ਵੱਲੋਂ ਜੋ 1947 ਤੋਂ ਲੈ ਕੇ ਅੱਜ ਤੱਕ ਕੀਤਾ ਜਾ ਰਿਹਾ ਉਹ ਤੁਹਾਡੇ ਸਾਹਮਣੇ ਇਤਿਹਾਸ ਹੈ ਅੱਜ ਜਿਸ ਮਕਾਮ ਤੇ ਅਸੀਂ ਪਹੁੰਚੇ ਆ ਅੱਜ ਪੂਰੇ ਪੰਜਾਬ ਨੇ ਗੱਲ ਚਲਦੀ ਹੈ ਕਿ ਪੰਜਾਬ ਚਲਿਆ ਪੰਜਾਬ ਨੇ ਕੋਈ ਹਰਿਆਣਾ ਜਾਂ ਯੂਪੀ ਰਾਜਸਥਾਨ ਜਾਂ ਭਾਰਤ ਦੇ ਬਾਕੀ ਸੂਬਿਆਂ ਪੂਰੇ ਦੇਸ਼ ਦੇ ਅਸਰ ਜਾਂ ਪੂਰੇ ਸੰਸਾਰ ਦੇ ਵਿੱਚ ਇਹ ਸੰਘਰਸ਼ ਜੋ ਸ਼ੁਰੂ ਕੀਤਾ ਤੇ ਇੱਥੇ ਲਿਆਂਦਾ ਕੋਈ ਆਸਾਨ ਨਹੀਂ ਕੀਤਾ ਕਿਉਂ ਇਸ ਕਰਕੇ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਗੁਰੂ ਸਾਹਿਬਾਨ ਜਿੰਨੇ ਵੀ ਗੁਰੂ ਸਾਹਿਬਾਨ ਸਨ ਦਸਾਂ ਗੁਰੂ ਸਾਹਿਬਾਨਾਂ ਨੇ ਉਸ ਤੋਂ ਬਾਅਦ ਸਮੇਂ-ਸਮੇਂ ਜਿੰਨੇ ਵੀ ਯੋਧੇ ਹੋਏ ਉਹਨਾਂ ਸਾਰਿਆਂ ਨੇ ਅਤੇ ਗੁਰੂ ਸਾਹਿਬ ਨੇ ਕੋਈ ਪੰਜਾਬ ਦੇ ਜਿਹੜੇ ਪੰਜ ਪਿਆਰੇ ਸਾਜੇ ਸੀ ਉਹ ਕੇਵਲ ਪੰਜਾਬ ਦੇ ਨਹੀਂ ਸਨ ਉਹ ਪੂਰੇ ਦੇਸ਼ ਦੇ ਵੱਖ-ਵੱਖ ਇਲਾਕਿਆਂ ਚੋਂ ਪੰਜੋ ਪਿਆਰਿਆਂ ਨੂੰ ਉਹਨਾਂ ਨੂੰ ਸਪਲਾ ਕੇ ਜਦੋਂ ਉੱਤੇ ਸਿਰਜਣਾ ਪੰਜ ਪਿਆਰੇ ਸਾਜੇ ਗਏ ਤੇ ਪੂਰੇ ਦੇਸ਼ ਤੇ ਉਸੇ ਭਾਰਤ ਪੂਰੇ ਦੇਸ਼ ਦੇ ਇਸੋ ਪੰਜਾਂ ਪਿਆਰੇ ਦੀ ਸਿਰਜਣਾ ਕੀਤੀ ਗਈ ਸੋ ਸਾਡਾ ਕੱਲੇ ਪੰਜਾਬ ਤੇ ਆ ਕਣੀ ਕੱਲੇ ਪੰਜਾਬ ਦੀ ਗੱਲ ਅਸੀਂ ਨਹੀਂ ਕਰਦੇ ਅਸੀਂ ਗੁਰੂ ਸਾਹਿਬਾਨ ਵੱਲੋਂ ਦਰਸਾਏ ਰਸਤੇ ਤੇ ਚੱਲਦੇ ਹੋਇਆ ਅੱਜ ਪੂਰੇ ਭਾਰਤ ਦੇ ਜਦੋਂ ਕਿਸਾਨਾਂ ਦੇ ਉੱਤੇ ਜਦੋਂ ਸਾਰੇ ਲੋਕਾਂ ਦੇ ਇੱਥੇ ਜਿਨ੍ਹਾਂ ਲੋਕਾਂ ਨੇ ਦੋ ਵਕਤ ਦੀ ਭੁੱਖ ਮਟਾਉਣ ਵਾਸਤੇ ਕਣਕ ਦੀ ਰੋਟੀ ਜਾਂ ਚੌਲ ਖਾ ਕੇ ਆਪਣੇ પેટ ਦੀ ਭੁੱਖ ਮਟਾਉਣੀ ਸੀ ਉਹਨਾਂ ਤੇ ਜਦੋਂ ਇਹ ਕਾਰਪੋਰੇਟ ਘਰਾਣਿਆਂ ਨੂੰ ਇਹ ਸਾਰਾ ਸਰਮਾਇਆ ਲਟਾਉਣ ਵਾਸਤੇ ਕੇਂਦਰ ਦੀ ਮੋਦੀ ਸਰਕਾਰ ਨੇ ਇਹ ਜਦੋਂ ਕਾਲੇ ਕਾਨੂੰਨ ਲਿਆਂਦੇ ਤੇ ਪੂਰੇ ਦੇਸ਼ ਦੇ ਲੋਕਾਂ ਨੂੰ ਜਗਾਉਣ ਵਾਸਤੇ ਇੱਕ ਹਮਲਾ ਮਾਰਿਆ ਤੇ ਉਹ ਹਮਲਾ ਐਸਾ ਮਾਰਿਆ ਜੇ ਹਰਿਆਣਾ ਜਾਗਿਆ ਨਾਲ ਦੀ ਨਾਲ ਉਸ ਤੋਂ ਬਾਅਦ ਦੇਸ਼ ਦੇ ਸਾਰੇ ਸੂਬੇ ਭਾਰਤ ਭਾਰਤ ਅਤੇ ਪੂਰੇ ਸੰਸਾਰ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਜੜਾ ਸਲਾਊਟ ਕੀਤਾ ਔਰ ਮਾਨ ਕੀਤਾ ਸੋ ਅਸੀਂ ਦੇਸ਼ ਦੇ ਲੋਕਾਂ ਸਿਰ ਕੋਈ ਆਸਾਨ ਨਹੀਂ ਕੀਤਾ ਪਰ ਇਹ ਜਿਹੜਾ ਅਸੀਂ ਐਜੀਟੇਸ਼ਨ ਕੀਤਾ ਜੇਕਰ ਅਸੀਂ ਇਹ ਕਾਲੇ ਕਾਨੂੰਨ ਰੱਦ ਕਰਾ ਕੇ ਅਤੇ ਪੂਰੇ ਭਾਰਤ ਚ ਕਾਨੂੰਨ ਦੇ ਤਹਿਤ ਐਮਐਸਪੀ ਲਾਗੂ ਕਰਨ ਤੋਂ ਬਗੈਰ ਅਪਸ ਵਿੱਚ ਜੇ ਕਿਤੇ ਅਸੀਂ ਜੁੱਟ ਗਏ ਜੇ ਕਿਤੇ ਹਾਲਾਤ ਖਰਾਬ ਹੋ ਗਏ ਤਾਂ ਫੇਰ ਸਾਨੂੰ ਕਿਸੇ ਨੂੰ ਵੀ ਚਾਹੇ ਉਹ ਮੈਂ ਤੇ ਚਾਹੇ ਕੋਈ ਹੋਰ ਸਾਨੂੰ ਨਾ ਤਾਂ ਇਤਿਹਾਸ ਨੇ ਮਾਫ਼ ਕਰ ਲੈ ਤੇ ਨਾ ਉਸ ਅਕਾਲ ਪੁਰਖ ਨੇ ਮਾਫ਼ ਕਰ ਲੈ ਜਿਸ ਕਰਕੇ ਆਸੀਸ ਝੁਕਾ ਕੇ ਸਾਰਿਆਂ ਦੇ ਚਰਨਾਂ ਵਿੱਚ ਨਮਰਤਾ ਸਹਿਤ ਬੇਨਤੀ ਕਰਦਾ ਜੋਦੜੀ ਕਰਦਾ ਕਿ ਭਾਈ 28 ਤਰੀਕ ਨੂੰ ਜੋ ਕਿ ਸਾਡੀ 28 ਜਨਵਰੀ ਨੂੰ ਮੀਟਿੰਗ ਹੱਕ ਹੋਈ ਸੀ ਉਸ ਮੀਟਿੰਗ ਦੇ ਵਿੱਚ ਅਸੀਂ ਫੈਸਲਾ ਕੀਤਾ ਸੀ ਕਿ ਕਿਸੇ ਦੇ ਖਿਲਾਫ ਅਸੀਂ ਨਹੀਂ ਬੋਲਣਾ ਲੇਕਿਨ ਕੁਝ ਲੋਕ ਫਿਰ ਵੀ ਬੋਲਦੇ ਰਹੇ ਪਰ ਮੇਰੀ ਬੇਨਤੀ ਆ ਕਿ ਬੋਲਣ ਵਾਲਿਆਂ ਤੇ ਲਗਾਮ ਕੱਸੀ ਜਾ ਰਹੀ ਆ ਔਰ ਜੇ ਰਹਿ ਗਈ ਆ ਜੇ ਕੋਈ ਬੋਲਦਾ ਤੇ ਹੋਰ ਕੱਸੀ ਜਾਵੇਗੀ ਪਰ ਮੇਰੀ ਬੇਨਤੀ ਆ ਕਿ ਕਿਸੇ ਦੇ ਬੋਲਾਂ ਨੂੰ ਕੰਨਾਂ ਦੇ ਵਿੱਚੋਂ ਇਸ ਕੰਨ ਤੋਂ ਸੁਣ ਕੇ ਇਧਰ ਕਰ ਦਿਓ ਸਮਾਂ ਆਏਗਾ ਉਹਨਾਂ ਤੋਂ ਹਿਸਾਬ-ਤਾਬ ਮੰਗਿਆ ਜਾਵੇਗਾ ਪਰ ਕਿਸੇ ਦੇ ਬੋਲਾਂ ਦੇ ਉੱਤੇ ਆਪਣੇ ਜਜ਼ਬਾਤਾਂ ਨੂੰ ਤੁਸੀਂ ਇਹ ਨਾ ਹੋਵੇ ਕਿ ਕੋਈ ਵੀ ਆਪਣੇ ਜਜ਼ਬਾਤਾਂ ਤੇ ਕੰਟਰੋਲ ਨਾ ਰੱਖ ਸਕੇ ਤੇ ਅਸੀਂ ਆਪਸ ਵਿੱਚ ਕੋਈ ਐਸਾ ਖਿਲਾਰਾ ਖਿਲਾਰ ਦਈਏ ਜਿਹਦੇ ਨਾਲ ਸਾਡਾ ਨਿਸ਼ਾਨੇ ਤੋਂ ਅਸੀਂ ਥੜਕੇ ਜਾਈਏ ਤੇ ਦੁਸ਼ਮਣ ਜੋ ਚਾਹੁੰਦਾ ਉਹਨਾਂ ਦੀ ਮੰਦੀ ਮਨਸਾ ਜੜੀਆ ਉਹ ਪੂਰੀ ਨਾ ਹੋਵੇ ਸੋ ਮੇਰੀ ਇਹੀ ਬੇਨਤੀ ਹੈ ਕਿ ਅਸੀਂ ਇਹ ਤਿੰਨੋਂ ਕਾਨੂੰਨ ਅਰਜ ਕਰਾਉਣ ਵਾਸਤੇ ਐਮਐਸਪੀ ਪੂਰੇ ਭਾਰਤ ਚ ਲਾਗੂ ਕਰਾਉਣ ਵਾਸਤੇ ਜੋ ਗੁਰੂ ਸਾਹਿਬਾਂ ਵੱਲੋਂ ਦਰਸਾਏ ਰਸਤੇ ਤੇ ਸਮੇਂ-ਸਮੇਂ ਤੇ ਹਰੀ ਸਿੰਘ ਨਲੂਆ ਵਰਗੇ ਅਤੇ ਬਾਬਾ ਦੀਪ ਸਿੰਘ ਵਰਗੇ ਉਹਨਾਂ ਵੱਲੋਂ ਸਿਰਜੇ ਇਤਿਹਾਸ ਨੂੰ ਅਸੀਂ ਯਾਰ ਉਹਤੇ ਪੂਰਨੇ ਪਾਉਂਦਿਆ ਹੋਇਆ ਉਸ ਰਸਤੇ ਤੇ ਚੱਲਦਿਆ ਹੋਇਆ ਪੂਰੇ ਦੇਸ਼ ਦੇ ਲੋਕਾਂ ਨੂੰ ਇਨਸਾਫ ਚਾਉਣਾ ਹੈ ਤੇ ਇਹ ਅਸੀਂ ਮੋਰਚਾ ਕਾਮਯਾਬ ਕਰਕੇ ਘਰਾਂ ਨੂੰ ਜਾਣਾ ਹੈ ਸ਼ਾਨੋ ਸ਼ੌਕਤ ਨਾਲ ਜਾਣਾ ਹੈ ਅਸੀਂ ਕੋਈ ਐਸਾ ਕਾਦਮ ਨਹੀਂ ਪੁੱਟਾ ਚਾਹੁੰਦੇ ਐਸੀ ਆਵਾਜ਼ ਲੋਕਾਂ ਦੇ ਕੰਨਾਂ 'ਚ ਨਾ ਜਾਵੇ ਕਿ ਐਨਾ ਲੋਕਾਂ ਨੇ ਕੀ ਕੀਤਾ ਸੋਇਨੀਆਂ ਬੇਇਮਤੀਆਂ ਕਰਦਾ ਹੋਇਆ ਖਿਮਾਂ ਦਾ ਜਾਜਕਾ ਫਿਰ ਕਿਤੇ ਸਵਾ ਮਿਲਿਆ ਤੇ ਫਿਰ ਆਪਣੇ ਮਨ ਦੇ ਜੜੇ ਵਲਵਲੇ ਨੇ ਆਪਣੇ ਮਨ ਦੇ ਜੜੇ ਦੁੱਖ ਨੇ ਜੋ ਸਾਡੇ ਤੇ ਇਹ ਐਸ ਟਾਈਮ ਤੇ ਹਾਲਾਤ ਜਿਹੜੇ ਖਤਰੇ ਦੇ ਬੱਦਲ ਮੰਡਰਾ ਰਹੇ ਨੇ ਉਹਨਾਂ ਦੇ ਬਾਰੇ ਫਿਰ ਵੀ ਵਿਚਾਰ ਕਰਾਂਗੇ ਅਤੇ ਮੈਂ ਇਹੀ ਬੇਨਤੀ ਕਰਾਂਗਾ ਕਿ ਆਓ ਸਾਰੇ ਰਲ ਕੇ ਇੱਕ ਤਾਂ ਵੱਤੋ ਵਾਦੇ ਇੱਥੇ ਗਿਣਤੀ ਜੜੀ ਆ ਜਿਸ ਤਰ੍ਹਾਂ ਅੱਜ ਵੀ ਤੁਸੀਂ ਇੱਥੇ ਬੈਠੇ ਸ਼ਾਂਤਕ ਸਵੇਰ ਤੋਂ ਲੈ ਕੇ ਜਿੱਥੋਂ ਤੱਕ ਮੇਰੀ ਆਵਾਜ਼ ਆ ਰਹੀ ਆ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਪਿਛਲੀਆਂ ਟਰਾਲੀਆਂ ਵਾਲੇ ਵੀ ਉਹ ਵੀ ਵੱਧ ਤੋਂ ਵੱਧ ਮੇਰੇ ਵੀਰ ਆਇਆ ਕਰਨ ਬਜ਼ੁਰਗਾਂ ਵਾਸਤੇ ਸਾਨੂੰ ਕੋਈ ਜਿਹੜਾ ਸਾਧਨ ਹੈ ਮੈਂ ਇਥੋਂ ਕਰਾਂ ਬੇਨਤੀ ਕਰਾਂਗਾ ਕਿ ਉਹ ਟਰਾਲੀਆਂ ਠੋਲੇ ਦਾ ਇੰਤਜ਼ਾਮ ਕਰਕੇ ਉਹਨਾਂ ਨੂੰ ਵੀ ਇਥੋਂ ਤੱਕ ਲਿਆਂਦਾ ਜਾਵੇ ਸੋ ਇਹਨੀਆਂ ਬੇਨਤੀਆਂ ਕਰਦਾ ਤੁਹਾਡਾ ਧੰਨਵਾਦ ਕਰਦਾ ਹੋਇਆ ਆਸ ਕਰਦਾ ਹਾਂ ਕਿ ਤੁਸੀਂ ਗੁਰੂ ਸਾਹਿਬਾਂ ਵੱਲੋਂ ਦਰਸਾਏ ਨਕਸ਼ੇ ਕਦਮਾਂ ਤੇ ਸਮੇਂ-ਸਮੇਂ ਦੇ ਬਲਾਲਾਂ ਤੋਂ ਇੱਕ ਗੱਲ ਮੈਂ ਜ਼ਰੂਰ ਕਹਿਣੀ ਆ ਸਖੀ ਸਾਹਿਬ ਆ ਵੱਡ ਗਾਮ ਹੈ ਸਾਡੇ ਲਾਗੇ ਇਹ ਵੱਡ ਗਾਮ ਇਹਦਾ ਨਾਂ ਪਹਿਲਾ ਨਾਂ ਘੜੀ ਸੀ ਇਥੋਂ ਦਾ ਇਹ ਕ ਇਤਿਹਾਸ ਬਹੁਤ ਵੱਡਾ ਇਤਿਹਾਸ ਹੈ ਇਹਦਾ ਨਾਂ ਆ ਜਿਹੜਾ ਅੱਜ ਬੜ ਖਾਲਸਾ ਰੱਖਿਆ ਕਿਉਂ ਰੱਖਿਆ ਗਿਆ ਇਹ ਉਸ ਵਕਤ ਦੀ ਗੱਲ ਹੈ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਇਹ ਦਿੱਲੀ ਦੇ ਵਿੱਚ ਜ਼ੁਲਮ ਦੇ ਖਲਾਫ ਔਰੰਗਜ਼ੇਬ ਦੇ ਰਾਜ ਸਮੇਂ ਉਹਨਾਂ ਨੇ ਜ਼ੁਲਮ ਦੇ ਖਲਾਫ Hindu ਧਰਮ ਨੂੰ ਬਚਾਉਣ ਲਈ ਆਪਣੇ ਸਰੀਰ ਦਾ ਬਲੀਦਾਨ ਦਿੱਤਾ ਤੇ ਉਹਨਾਂ ਦਾ ਜਦੋਂ ਸੀਸ ਲੈ ਕੇ ਭਾਈ ਜੈਤਾ ਜੀ ਅਨੰਦਪੁਰ ਨੂੰ ਜਾ ਰਹੇ ਸਨ ਤੇ ਇਹਦਾ ਨਾਂ ਸੀ ਘੜੀ ਉਹ ਇੱਥੇ ਆ ਕੇ ਠਹਿਰੇ ਤਾਂ ਉਹਨਾਂ ਨੇ ਉਸ ਟਾਈਮ ਤੇ ਬਜ਼ੁਰਗ ਸਣ ਕੁਸ਼ਾਲ ਸਿੰਘ ਜੀ ਉਹਨਾਂ ਦੀ 85 ਸਾਲ ਦੀ ਉਮਰ ਸੀ ਭਾਈ ਜੱਤਾ ਜੀ ਨੇ ਉਹਨਾਂ ਨੂੰ ਦੱਸਿਆ ਕਿ ਆਹ ਗੁਰੂ ਜੀ ਦਾ ਸੀਸ ਹੈ ਉਹਨਾਂ ਦੇ ਸਰਧੜ ਦਾ ਸੰਸਕਾਰ ਤਾਂ ਲੈ ਗਏ ਨੇ ਭਾਈ ਮੱਖਣ ਸ਼ਾ ਲਬਾਣਾ ਲੇਕਿਨ ਸੀਸ ਉਹਨਾਂ ਦਾ ਲੈ ਕੇ ਮੈਂ ਅਨੰਦਪੁਰ ਜਾ ਰਿਹਾ ਮੇਰੇ ਪਿੱਛੇ ਮੁਗਲੀਆਂ ਫੌਜਾਂ ਲੱਗੀਆਂ ਹੋਈਆਂ ਨੇ ਸੋ ਇਹ ਇੱਥੇ ਸਤਾ ਕਰੋ ਫਕਸਾ ਉਸ ਵਕਤ ਦੇ ਬਜ਼ੁਰਗ ਖਸਾਲ ਸਿੰਘ ਨੇ ਜੋ ਦਈਆ ਘੋਦ ਦੇ ਨਾਲ ਸੰਬੰਧਿਤ ਨੇ ਉਹਨਾਂ ਨੇ ਆਪਣੇ ਬੇਟੇ ਨੂੰ ਕਿਹਾ ਕਿ ਮੇਰਾ ਸੀਸ ਕੱਟ ਤੇ ਮੁਗਲੀਆਂ ਫੌਜਾਂ ਨੂੰ ਦੇਣਾ ਪਰ ਗੁਰੂ ਜੀ ਦਾ ਸੀਸ ਇਹਦਾ ਵੇਚਤ ਨਹੀਂ ਹੋਣਾ ਚਾਹੀਦਾ ਨਰਾਦਰ ਨਹੀਂ ਹੋਣਾ ਚਾਹੀਦਾ ਇਹ ਸੀਸ ਅਨੰਦਪੁਰ ਜਾਣਾ ਚਾਹੀਦਾ ਉਹਨੇ ਆਪਣਾ ਸੀਸ ਕੱਟ ਕੇ ਪੁੱਤਰ ਨੇ ਉਹਦੇ ਨੇ ਉਹਨਾਂ ਦਾ ਸੀਸ ਕੱਟਿਆ ਉਹ ਮੁਗਲੀਆਂ ਫੌਜਾਂ ਲੈ ਗਈਆਂ ਸਤਿ ਜਿਹੜਾ ਗੁਰੂ ਸteਗ ਬਹਾਦਰ ਪਾਚਾ ਦਾ ਸੀਸੀ ਉਹ ਅਨੰਦਪੁਰ ਸਾਹਿਬ ਪਹੁੰਚਾ ਸੋ ਇਤਿਹਾਸ ਕਨਗਰ ਉਹ ਦਈਆ ਬਰਾਦਰੀ ਇਹ ਹਰਿਆਣੇ ਦੇ ਲੋਕ ਉਸ ਇਤਿਹਾਸ ਨੂੰ ਦਰਾ ਰਹੇ ਨੇ ਮੈਂ ਉਹਨਾਂ ਨੂੰ ਕੋਟਨ ਕੋਟ ਪ੍ਰਣਾਮ ਕਰਦਾ ਕ੍ਰਿਸ਼ਨ ਜੀ ਨੇ ਉਸ ਨਗਰ ਦੇ ਦਈਆ ਪਰਵਾਰ ਦੇ ਦਈਆ ਜੜੀ ਬਰਾਦਰੀ ਆ ਉਹਨਾਂ ਦੇ ਉਹ ਗੋਤ ਦੇ ਇਥੇ ਮੁਖੀ ਨੇ ਲੰਗਰ ਲਾਇਆ ਹੋਇਆ ਸੋ ਉਹਨਾਂ ਨੇ ਸਾਰਾ ਦੱਸਿਆ ਸੋ ਇਹ ਇਤਿਹਾਸ ਨਾਲ ਵੀ ਜੁੜ ਰਹੇ ਆ ਸੋ ਪੂਰੇ ਭਾਰਤ ਦੇ ਹਿੰਦੂ ਸਮਾਜ ਦਾ ਮੈਂ ਤਹਿ ਦਿਲੋਂ ਤਹਿਵਾਦ ਕਰਦਾ ਜਿਨ੍ਹਾਂ ਨੇ ਭਾਰਤ ਸਰਕਾਰ ਦੇ ਮਨਸੂਬਿਆਂ ਨੂੰ ਫੇਲ ਕੀਤਾ ਤੇ ਜਿਹੜੀ ਉਹ ਖਾਨਾ ਜੰਗੀ ਕਰਾਉਣੀ ਚਾਹੁੰਦੇ ਸੀ ਉਹ ਨਹੀਂ ਹੋਈ ਇਹਨੀਆਂ ਬੇਮਤੀਆ ਕਰਦਾ ਖਿਮਾਂ ਦਾ ਜਾਜ ਕਹਾ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ